ਪੂਰੇ ਨਾਕਾਬੰਦੀ ਹਰ ਰੋਜ਼ ਹੋ ਰਹੀ ਹੈ, ਡਿਫਰੈਂਟ ਡਿਫਰੈਂਟ ਟਾਈਮਸ 'ਤੇ ਚੱਲ ਰਹੀ ਹੈ, ਪੀ ਸੀ ਆਰ ਪੂਰਾ ਅਲਰਟ ਹੈ, ਪੂਰਾ ਦਰੁਸਤ ਹੈ, ਅਤੇ ਐਸ ਐਚ ਓਜ਼ ਵੀ ਨਾਕਾਬੰਦੀ ਕਰਦੇ ਹੈ, ਹਲਕਾ ਜੀ ਓਜ਼ ਵੀ ਕਰਦੇ ਹੈ, ਅਤੇ ਬਾਏ ਦ ਗ੍ਰੇਸ ਆਫ ਆਲਮਾਈਟੀ ਜੇ ਆਪਾਂ ਪੁਰਾਣੇ ਸਟੈਟਸ ਦੇਖੇ ਦੇ ਹੁੰਦੇ ਕਾਫੀ ਇੰਪਰੂਵਡ ਹੈ ਜੀ। ਨਹੀਂ, ਕੰਮ ਤਾਂ ਨੋਰਮਲ ਰੂਟੀਨ 'ਤੇ ਚੱਲ ਰਿਹਾ, ਪਰ ਹੁਣ ਜੋ ਵੀ ਇਲੈਕਸ਼ਨ ਕਮਿਸ਼ਨ ਦੀ ਜੋ ਗਾਈਡਲਾਈਨਸ ਨੇ ਉਸ ਹਿਸਾਬ ਨਾਲ ਜੋ ਵੀ ਅਸੀਂ ਕਰੈਕਟਿਵ ਮੈਜਰਸ ਲੈਣੇ ਜਾਂ ਜੋ ਵੀ ਅਸੀਂ ਜਿਵੇਂ ਅਸਲਾ ਜਮ੍ਹਾਂ ਵਗੈਰਾ ਕਰਾਉਣਾ ਹੁੰਦਾ ਉਹ ਅਸੀਂ ਕਰਾਵਾਂਗੇ, ਪਰ ਕੰਮ ਖੜਿਆ ਕੁਛ ਨਹੀਂ ਹੈ। ਅਪਲਾਈ ਕਰ ਸਕਦੇ ਹੋ ਪਰ ਹਾਲੇ ਐਸ ਪਰ ਰੂਟੀਨ ਪ੍ਰੋਸੈਸ ਜੋ ਵੀ ਕਿਉਂਕਿ ਕੋਡ ਵਿਲ ਆਲਸੋ ਕਮ ਇਨ ਟੂ ਫੋਰਸ ਐਨੀ ਟਾਈਮ ਸੂਨ, ਅਤੇ ਉਸ ਹਿਸਾਬ ਨਾਲ ਜੋ ਵੀ ਗਾਈਡਲਾਈਨਸ ਹੈਗੀਆਂ ਅਸੀਂ ਉਸ ਮੁਤਾਬਿਕ ਦੇਖਾਂਗੇ ਜੀ ਇਸ਼ੂ ਕਰਨਾ ਜਾਂ ਨਹੀਂ ਕਰਨਾ। ਬਿਲਕੁਲ ਉਸ ਦੇ ਵਿੱਚ ਵੀ ਹੈਗੇ ਆ, ਸਾਡੀ ਫੁੱਟ ਪੈਟਰੋਲਿੰਗ ਵੀ ਹੁੰਦੀ ਹੈ ਵਰਦੀ ਦੇ ਵਿੱਚ, ਉਸ ਤੋਂ ਬਾਅਦ ਸਾਡਾ ਪੀ ਸੀ ਆਰ ਵੀ ਚੱਲ ਰਿਹਾ, ਅਤੇ ਹੁਣ ਜਿਹੜਾ ਸਭ ਤੋਂ ਵਧੀਆ ਅੰਮ੍ਰਿਤਸਰ ਸਮਾਰਟ ਸਿਟੀ ਦੇ ਤਹਿਤ ਜਿਹੜਾ ਆਪਣਾ ਕੈਮਰਾਜ਼ ਲੱਗੇ ਹੈ ਅਰਾਊਂਡ 1150 ਅਤੇ 250 ਹੋਰ ਅੱਗੇ ਲੱਗਣੇ, ਉਸ ਹਿਸਾਬ ਨਾਲ ਕਾਫੀ ਵਿਜਿਲ ਇਨਕਰੀਜ਼ ਹੋਈ ਹੈ। ਅੱਜ ਜੇਕਰ ਗੱਲ ਕਰ ਲਈਏ ਤਾਂ ਡੀਸੀਪੀ ਲੋਅ ਐਂਡ ਆਰਡਰ ਦੀ ਸੀਟ ਦੇ ਉੱਤੇ ਜੋ ਅਫਸਰ ਤੈਨਾਤ ਕਰ ਦਿੱਤੇ ਗਏ ਨੇ ਤਾਂ ਅਫਸਰ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਆਲਮ ਵਿਜੇ ਸਿੰਘ ਜੀ, ਤਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਜੀ ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਗੁਰੂ ਨਗਰੀ ਦੇ ਵਿੱਚ। ਥੈਂਕ ਯੂ ਜੀ। ਸਰ, ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ, ਕਿਉਂਕਿ ਕਾਫੀ ਜੋ ਚੈਲੰਜਸ ਹੈਗੇ ਨੇ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜੇਕਰ ਲੋਅ ਐਂਡ ਆਰਡਰ ਦੀ ਗੱਲ ਕਰ ਲਈਏ ਤਾਂ ਆਏ ਦੂਜੇ ਦਿਨ, ਕਿਉਂਕਿ ਕਾਫੀ ਸਮੇਂ ਤੋਂ ਸੀਟ ਵੀ ਖਾਲੀ ਸੀਗੀ ਡੀਸੀਪੀ ਸਾਹਿਬ ਦੀ, ਐਡੀਸ਼ਨਲ ਚਾਰਜ ਸੀਗਾ, ਪਰ ਹਾਲਾਤ ਕਿਤੇ ਨਾ ਕਿਤੇ ਨਾਜ਼ੁਕ ਹੁੰਦੇ ਜਾ ਰਹੇ ਸਨ ਸ਼ਹਿਰ ਦੇ, ਤਾਂ ਕਿਸ ਤਰੀਕੇ ਦੇ ਨਾਲ ਜੋ ਹੈਂਡਲ ਕਰ ਰਹੇ ਹੋ? ਚੰਡੀਗੜ੍ਹ 'ਚ ਮਾਨਯੋਗ ਸੀ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਪੂਰੇ ਨਾਕਾਬੰਦੀ ਹਰ ਰੋਜ਼ ਹੋ ਰਹੀ ਹੈ, ਡਿਫਰੈਂਟ ਡਿਫਰੈਂਟ ਟਾਈਮਸ 'ਤੇ ਚੱਲ ਰਹੀ ਹੈ, ਪੀ ਸੀ ਆਰ ਪੂਰਾ ਅਲਰਟ ਹੈ, ਪੂਰਾ ਦਰੁਸਤ ਹੈ, ਅਤੇ ਐਸ ਐਚ ਓਜ਼ ਵੀ ਨਾਕਾਬੰਦੀ ਕਰਦੇ ਹੈ, ਹਲਕਾ ਜੀ ਓਜ਼ ਵੀ ਕਰਦੇ ਹੈ, ਅਤੇ ਬਾਏ ਦ ਗ੍ਰੇਸ ਆਫ ਆਲਮਾਈਟੀ ਜੇ ਆਪਾਂ ਪੁਰਾਣੇ ਸਟੈਟਸ ਦੇਖੇ ਦੇ ਹੁੰਦੇ ਕਾਫੀ ਇੰਪਰੂਵਡ ਹੈ ਜੀ। ਕਿਉਂਕਿ ਜੇਕਰ ਗੱਲ ਕਰ ਲਈਏ ਸਰ ਕਿ ਜੋ ਸ਼ਹਿਰ ਦੇ ਹਾਲਾਤ ਜਿਹੜੇ ਸੀਗੇ ਪਿਛਲੇ, ਕਿਉਂਕਿ ਜਦੋਂ ਸੀਟ ਖਾਲੀ ਰਹਿੰਦੀ ਹੈ ਤਾਂ ਕਿਤੇ ਨਾ ਕਿਤੇ ਜੋ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਕਿ ਠੀਕ ਹੈ ਸੀਟ ਖਾਲੀ ਹੈਗੀ ਹੈ, ਕੋਈ ਨਾ ਕੋਈ ਸ਼ਰਾਰਤ ਕਰ ਜਾਂਦੇ ਨੇ, ਤਾਂ ਜਦੋਂ ਤੁਸੀਂ ਸੀਟ 'ਤੇ ਆਏ ਹੋ ਸ਼ਹਿਰ ਦੇ ਹਾਲਾਤ ਦੇਖੇ ਆ, ਤਾਂ ਕੀ ਫਰਕ ਕੀ ਸਮਝਦੇ? ਕਿਉਂਕਿ ਹਰ ਰੋਜ਼ ਕਿਤੇ ਨਾ ਕਿਤੇ, ਪਹਿਲਾਂ ਦੀ ਗੱਲ ਕਰ ਰਹੇ ਹਾਂ ਕਿ ਹਰ ਰੋਜ਼ ਕੋਈ ਗੋਲੀਕਾਂਡ ਹੋ ਜਾਂਦਾ ਸੀਗਾ, ਬੀਤੇ ਕੁਛ ਦਿਨ ਪਹਿਲਾਂ ਵੀ ਵੇਖਣ ਨੂੰ ਮਿਲਿਆ ਕਿ ਗੋਲੀਕਾਂਡ ਵੀ ਆਰਾਮ, ਮਤਲਬ ਕੋਈ ਦਹਿਸ਼ਤਗਰਦੀ ਤਾਂ ਇਹੋ ਜਿਹੀ ਫੈਲਣਦੀ ਹੈ ਕਿ ਕੋਈ ਡਰ ਖੌਫ ਹੀ ਨਹੀਂ ਹੈਗਾ? ਨਹੀਂ, ਹੁਣ ਕਾਫੀ ਪੀ ਸੀ ਆਰ ਨੂੰ ਇੰਪਰੂਵ ਕੀਤਾ, ਸੀ ਪੀ ਸਾਹਿਬ ਨੂੰ ਵੀ ਆਏ ਇੱਥੇ 2 ਮਹੀਨੇ ਹੋ ਗਏ ਆ, ਅਤੇ ਉਹਨਾਂ ਨੇ ਪੂਰਾ ਮੀਟਿੰਗਸ ਵਗੈਰਾ ਲੈ ਕੇ ਅਤੇ ਆਪਣਾ ਪੀ ਸੀ ਆਰ ਐਂਡ ਅਦਰ ਨਾਕਾਬੰਦੀ ਥਾਣਿਆਂ ਦੀ ਅਤੇ ਹੋਰ ਸਾਰੀ ਕਾਫੀ ਇੰਪਰੂਵ ਹੋਈ ਹੈ, ਅਤੇ ਉਸ ਹਿਸਾਬ ਨਾਲ ਕਾਫੀ ਕੰਟਰੋਲ ਵੀ ਹੋਇਆ। ਸਰ, ਖਾਸ ਕਿਉਂਕਿ ਬਾਕੀ ਸ਼ਹਿਰਾਂ ਦੀ ਗੱਲ ਕਰ ਲਈਏ ਉਹਦੇ ਨਾਲੋਂ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਾਫੀ ਫਰਕ ਹੈ, ਕਿਉਂਕਿ ਇੱਥੇ ਸ਼ਰਧਾਲੂ ਜੋ 1 ਤੋਂ 1.5 ਲੱਖ ਰੋਜ਼ਾਨਾ ਆਉਂਦੇ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਾਲ ਨਤਮਸਤਕ ਹੋਣ ਵਾਸਤੇ, ਤਾਂ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਸ਼ਰਾਰਤੀ ਅਨਸਰ ਹੈਗੇ ਨੇ ਉਹਨਾਂ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ? ਸਾਡੇ ਜਿਹੜੇ ਪੁਲਿਸ ਪਰਸਨਲਸ ਹੈਗੇ ਉਹ ਵੀ ਸਿਵਲ ਕਲੋਥਸ ਵਿੱਚ ਵੀ ਹੈਗੇ ਆ ਬਾਜ਼ਾਰਾਂ ਦੇ ਵਿੱਚ, ਉਸ ਤੋਂ ਇਲਾਵਾ ਸੀ ਸੀ ਟੀ ਵੀ ਕੈਮਰਾਜ਼ ਹੈਗੇ ਆ ਅਰਾਊਂਡ 1100-1150 ਫਿਲਹਾਲ ਇੰਸਟਾਲ ਹੋ ਚੁੱਕੇ ਆ, ਅਤੇ 1400-1450 ਤੱਕ ਦੀ ਸਾਡੀ ਪ੍ਰਪੋਜ਼ਲ ਹੈਗੀ ਹੈ, ਸੋ 250 CCTV ਕੈਮਰਾਜ਼ ਹੋਰ ਇੰਸਟਾਲ ਹੋਣੇ ਹੈ, ਅਤੇ ਕਾਫੀ ਸਾਨੂੰ ਹੈਲਪ ਮਿਲਦੀ ਹੈ ਜੇ ਕੋਈ ਕ੍ਰਾਈਮ ਹੁੰਦਾ, ਕੋਈ ਸਨੈਚਿੰਗ ਹੁੰਦੀ ਹੈ ਜਾਂ ਕੋਈ ਚੋਰੀ ਹੁੰਦੀ ਹੈ, ਕੈਮਰਾਜ਼ ਨਾਲ ਅਸੀਂ ਕੈਮਰਾਜ਼ ਕੁਆਈਟ ਹੈਲਪਫੁਲ, ਅਤੇ ਅਸੀਂ ਡਿਟੈਕਟ ਕਰਨ ਵਿੱਚ ਸਾਨੂੰ ਕਾਫੀ ਹੈਲਪ ਹੁੰਦੀ ਹੈ।
ਇਸ ਦੇ ਨਾਲ ਨਾਲ ਇੱਕ ਕਿਉਂਕਿ ਕਾਫੀ ਜੋ ਪਹਿਲਾਂ ਮੁੱਦਾ ਵੀ ਛੇੜਿਆ ਸੀਗਾ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਕਿਉਂਕਿ ਤੁਸੀਂ DCP ਲਾਅ ਐਂਡ ਆਰਡਰ ਹੋ ਤਾਂ ਜਿਹੜੇ ਲੋਕ ਅਸਲੇ ਦੇ ਨਾਲ ਖਾਸ ਤੌਰ ਦੇ ਉੱਤੇ ਫੋਟੋਆਂ ਪਾਉਂਦੇ ਸੀਗੇ ਕਿ ਉਹਨਾਂ ਦੇ ਉੱਤੇ ਵੀ ਉਸੇ ਤਰੀਕੇ ਦੀ ਕਾਰਵਾਈ ਹਾਲੇ ਵੀ ਚੱਲ ਰਹੀ ਹੈ? ਦੇਖੋ, ਸਰਕਾਰ ਦੇ ਸਖ਼ਤ ਹੁਕਮ ਨੇ ਅਤੇ ਉਸ ਹਿਸਾਬ ਨਾਲ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰਦੇ ਹਾਂ ਜੀ। ਮਤਲਬ ਜੇਕਰ ਗੱਲ ਕਰ ਲਈਏ ਕਿ ਹੁਣ ਜਿਸ ਤਰੀਕੇ ਨਾਲ ਇਲੈਕਸ਼ਨ ਵੀ ਨੇੜੇ ਆ ਰਹੇ ਨੇ ਤਾਂ ਕੀ ਇੱਕ ਚੀਜ਼ ਜ਼ਰੂਰ ਜਾਣਕਾਰੀ ਦਿਓ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀ ਨਵੇਂ ਲਾਇਸੈਂਸ ਬਣ ਰਹੇ ਨੇ ਜਾਂ ਪੁਰਾਣਾ ਕੰਮ ਕੀ ਕੁਛ ਕੰਮ ਉਸੇ ਤਰੀਕੇ ਖੜਾ ਹੈ ਜਾਂ ਹੋ ਰਿਹਾ ਹੈ ਨਵਾਂ? ਨਹੀਂ, ਕੰਮ ਤਾਂ ਨੋਰਮਲ ਰੂਟੀਨ 'ਤੇ ਚੱਲ ਰਿਹਾ, ਪਰ ਹੁਣ ਜੋ ਵੀ ਇਲੈਕਸ਼ਨ ਕਮਿਸ਼ਨ ਦੀ ਜੋ ਗਾਈਡਲਾਈਨਸ ਨੇ ਉਸ ਹਿਸਾਬ ਨਾਲ ਜੋ ਵੀ ਅਸੀਂ ਕਰੈਕਟਿਵ ਮੈਜਰਸ ਲੈਣੇ ਜਾਂ ਜੋ ਵੀ ਅਸੀਂ ਜਿਵੇਂ ਅਸਲਾ ਜਮ੍ਹਾਂ ਵਗੈਰਾ ਕਰਾਉਣਾ ਹੁੰਦਾ ਉਹ ਅਸੀਂ ਕਰਾਵਾਂਗੇ, ਪਰ ਕੰਮ ਖੜਿਆ ਕੁਛ ਨਹੀਂ ਹੈ। ਜੇਕਰ ਨਵੇਂ ਅਸਲਿਆਂ ਦੀ ਫਾਈਲਾਂ ਦੀ ਗੱਲ ਕਰ ਲਈਏ ਤਾਂ ਉਹ ਹਾਲੇ ਮਤਲਬ ਰੋਕਿਆ ਗਿਆ ਕੰਮ ਕਿ ਉਹ ਵੀ ਚੱਲ ਰਿਹਾ ਨਾਲ ਦੀ ਨਾਲ? ਅਪਲਾਈ ਕਰ ਸਕਦੇ ਹੋ, ਪਰ ਹਾਲੇ ਐਸ ਪਰ ਰੂਟੀਨ ਪ੍ਰੋਸੈਸ ਜੋ ਵੀ ਕਿਉਂਕਿ ਕੋਡ ਵਿਲ ਆਲਸੋ ਕਮ ਇਨ ਟੂ ਫੋਰਸ ਐਨੀ ਟਾਈਮ ਸੂਨ, ਅਤੇ ਉਸ ਹਿਸਾਬ ਨਾਲ ਜੋ ਵੀ ਗਾਈਡਲਾਈਨਸ ਹੈਗੀਆਂ ਅਸੀਂ ਉਸ ਮੁਤਾਬਿਕ ਦੇਖਾਂਗੇ ਜੀ ਇਸ਼ੂ ਕਰਨਾ ਜਾਂ ਨਹੀਂ ਕਰਨਾ। ਸਰ, ਇਸ ਦੇ ਨਾਲ ਨਾਲ ਜਿਸ ਤਰੀਕੇ ਨਾਲ ਮੈਂ ਤੁਹਾਡੇ ਕੋਲ ਪਹਿਲਾਂ ਵੀ ਸਵਾਲ ਲਿਆ ਕਿ ਜਿੱਦਾਂ ਸ਼ਰਧਾਲੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਦੇ ਨੇ ਤਾਂ ਕਈ ਲੋਕ ਕਿ ਧਰਮ ਚਿੰਨ੍ਹਾਂ ਦੇ ਆਧਾਰ 'ਤੇ ਕਿ ਕੋਈ ਨਾ ਕੋਈ ਕਹਿ ਲਈਏ ਕਿ ਵਾਰਦਾਤ ਕਰਨ ਨੂੰ ਕਾਮਯਾਬ ਵੀ ਹੁੰਦੇ ਨੇ, ਤਾਂ ਇਹੋ ਜਿਹੇ ਲੋਕਾਂ ਦੇ ਉੱਤੇ ਨਿਗਾਹ ਕਿਵੇਂ ਰੱਖ ਰਹੇ ਹੋ? ਕਿਸ ਤਰੀਕੇ ਦੇ ਨਾਲ ਫੋਰਸ ਜੋ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੰਮ ਕਰ ਰਹੀ ਹੈ? ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ, ਸਾਡੇ ਸਿਵਲ ਫਲੋਸ ਦੇ ਵਿੱਚ ਵੀ ਹੈਗੇ ਆ, ਸਾਡੀ ਫੁੱਟ ਪੈਟਰੋਲਿੰਗ ਵੀ ਹੁੰਦੀ ਹੈ ਵਰਦੀ ਦੇ ਵਿੱਚ, ਉਸ ਤੋਂ ਬਾਅਦ ਸਾਡਾ PCR ਵੀ ਚੱਲ ਰਿਹਾ, ਅਤੇ ਹੁਣ ਜਿਹੜਾ ਸਭ ਤੋਂ ਵਧੀਆ ਅੰਮ੍ਰਿਤਸਰ ਸਮਾਰਟ ਸਿਟੀ ਦੇ ਤਹਿਤ ਜਿਹੜਾ ਆਪਣਾ ਕੈਮਰਾਸ ਲੱਗੇ ਹੈ ਅਰਾਊਂਡ 1150 ਅਤੇ 250 ਹੋਰ ਅੱਗੇ ਲੱਗਣੇ, ਉਸ ਹਿਸਾਬ ਨਾਲ ਕਾਫੀ ਵਿਜਿਲ ਇਨਕਰੀਜ਼ ਹੋਈ ਹੈ ਸ਼ਹਿਰ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਸਖਤੀ ਜੋ ਆ ਵਧਾਈ ਜਾਏਗੀ ਸ਼ਹਿਰ ਦੇ ਵਿੱਚ ਕਿਉਂਕਿ ਕੋਈ ਵੀ ਕਿਸੇ ਤਰੀਕੇ ਦੀ ਸ਼ਰਾਰਤ ਨਾ ਕਰ ਸਕੇ? ਨਹੀਂ, ਬਿਲਕੁਲ, ਪੁਲਿਸ ਇਜ਼ ਔਨ ਜੋਬ 24/7, ਕਿਸੇ ਨੂੰ ਵੀ ਕੋਈ ਇਸ਼ੂ ਹੁੰਦਾ ਤਾਂ 112 ਹੈਲਪਲਾਈਨ ਹੈਗੀ ਹੈ, 181 ਹੈ ਲੇਡੀਜ਼ ਲਈ, ਅਤੇ ਉਸ ਤੋਂ ਬਾਅਦ ਸਾਡੀ ਵੈਬਸਾਈਟ 'ਤੇ ਬਾਕੀ ਫਲੈਕਸ ਬੋਰਡਸ 'ਤੇ ਏਰੀਆ ਦੇ ਪੁਲਿਸ ਆਫਿਸਰਸ ਦੇ ਫੋਨ ਨੰਬਰ ਲਿਖੇ, ਮੇਰਾ ਲਿਖਿਆ, ਮਾਨਯੋਗ CP ਸਾਹਿਬ ਦਾ ਲਿਖਿਆ, ਅਤੇ ਕਿਸੇ ਨੂੰ ਵੀ ਕਿਸੇ ਵੀ ਟਾਈਮ ਕਾਲ ਕਰਕੇ ਇਤਲਾਹ ਦੇ ਸਕਦਾ। ਬਿਲਕੁਲ, ਜਿਵੇਂ ਤੁਸੀਂ ਦੇਖਿਆ ਆਏ ਸਨ DCP ਸਾਹਿਬ ਆਲਮ ਵਿਜੇ ਸਿੰਘ ਜੀ ਤਾਂ ਉਹਨਾਂ ਵੱਲੋਂ ਜਿਹੜਾ ਖਾਸ ਤੌਰ ਦੇ ਉੱਤੇ ਦੱਸਿਆ ਗਿਆ ਕਿ ਜੋ ਸ਼ਹਿਰ ਦੇ ਵਿੱਚ ਜਿਹੜੇ ਹਾਲਾਤ ਕਿਤੇ ਨਾ ਕਿਤੇ ਪਹਿਲਾਂ ਨਾਜ਼ੁਕ ਹੋ ਚੁੱਕੇ ਸਨ, ਤਾਂ ਉਸ ਤੋਂ ਬਾਅਦ ਇਹਨਾਂ ਦੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਨਿਗਰਾਨੀ ਜੋ ਹੈ ਸਾਰੇ ਸ਼ਹਿਰ ਦੇ ਉੱਤੇ ਰੱਖੀ ਗਈ ਹੈ, ਖਾਸ ਤੌਰ ਦੇ ਉੱਤੇ ਜਿਹੜੇ CCTV ਕੈਮਰਾਜ਼ ਹੈਗੇ ਨੇ ਉਹ ਇੰਸਟਾਲਡ ਕੀਤੇ ਜਾ ਰਹੇ ਨੇ ਸ਼ਹਿਰ ਦੇ ਇਕੱਲੇ ਇਕੱਲੇ ਕੋਨੇ ਦੇ ਉੱਤੇ ਜਿਹੜੀ ਆ ਨਿਗਰਾਨੀ ਜੋ ਹੈ ਜੋ DCP ਸਾਹਿਬ ਵੱਲੋਂ ਖੁਦ ਰੱਖੀ ਜਾ ਰਹੀ ਹੈ, ਅਤੇ ਨਾਲ ਦੀ ਨਾਲ ਜਿਹੜੇ ਅਸਲਾ ਧਾਰਕ ਹੈਗੇ ਨੇ ਤਾਂ ਉਹਨਾਂ ਵਾਸਤੇ ਵੀ ਜੋ ਉਹਨਾਂ ਨੇ ਖਾਸ ਅਪਡੇਟ ਦਿੱਤੀ ਹੈ ਕਿਉਂਕਿ ਅੱਗੋਂ ਚੋਣਾਂ ਲਾਗੇ ਆ ਰਹੀਆਂ ਨੇ ਅਤੇ ਉਸ ਚੋਣਾਂ ਦੇ ਆਉਣ ਦੇ ਨਾਲ ਜੋ ਅਸਲੇ ਆ ਕਿਤੇ ਨਾ ਕਿਤੇ ਜਮ੍ਹਾਂ ਵੀ ਕਰਾਉਣੇ ਪੈਣਗੇ, ਅਤੇ ਨਾਲ ਦੀ ਨਾਲ ਜਿਹੜੇ ਨਵੇਂ ਲਾਇਸੈਂਸੀ ਹੈਗੇ ਨੇ ਜਿਹੜੇ ਨਵੇਂ ਲਾਇਸੈਂਸ ਅਪਲਾਈ ਕਰਨਾ ਚਾਹੁੰਦੇ ਨੇ ਉਹ ਅਪਲਾਈ ਤਾਂ ਕਰ ਸਕਦੇ ਨੇ, ਪਰ ਜੋ ਉਹਨਾਂ ਦੇ ਲਾਇਸੈਂਸ ਬਣਨ ਦੇ ਵਿੱਚ ਖਾਸ ਤੌਰ ਦੇ ਉੱਤੇ ਕਿ ਜੋ ਮੂਵਮੈਂਟ ਹੋਏਗੀ ਕੀ ਤੌਰ ਦੇ ਉੱਤੇ ਜੋ ਗਾਈਡਲਾਈਨਸ ਹੋਣਗੀਆਂ ਉਸ ਦੇ ਆਧਾਰ ਦੇ ਉੱਤੇ ਜਿਹੜਾ ਉਹਨਾਂ ਦਾ ਲਾਇਸੈਂਸ ਬਣਾਇਆ ਜਾਏਗਾ, ਅਦਰਵਾਈਜ਼ ਉਹਨਾਂ ਦੇ ਉੱਤੇ ਜਿਹੜੀ ਆ ਉਸੇ ਤਰੀਕੇ ਦੇ ਨਾਲ ਪੁੱਛ ਪੜਤਾਲ ਕਰਕੇ ਤਾਂ ਉਹਨੇ ਸਮੇਂ ਦੇ ਨਾਲ, ਕਿਉਂਕਿ ਸਰ ਇੱਕ ਖਾਸ ਤੌਰ 'ਤੇ ਇੱਕ ਵੀ ਸਵਾਲ ਲੈਣਾ ਚਾਹੂੰਗਾ ਕਿ ਜਿਹੜਾ ਖਾਸ ਤੌਰ 'ਤੇ ਜਿਹੜਾ ਸਮਾਂ ਲੱਗਦਾ, ਕਿੰਨਾ ਸਮਾਂ ਜੋ ਆ ਅਸਲਾ ਲਾਇਸੈਂਸ ਨੂੰ ਜਿਹੜਾ ਬਣਾਉਣ ਦੇ ਵਿੱਚ ਲੱਗੇਗਾ, ਮਤਲਬ ਕਿਉਂਕਿ ਇੱਕ ਮਹੀਨੇ ਦਾ ਟਾਈਮ ਹੁੰਦਾ ਜਾਂ 2 ਮਹੀਨੇ ਦਾ?
ਜੋ ਵੀ ਗਾਈਡਲਾਈਨਸ ਹੈਗੀਆਂ ਜਿਵੇਂ ਵੀ ਸਾਡੀ ਵੈਰੀਫਿਕੇਸ਼ਨ ਹੁੰਦੀ ਹੈ ਅਸੀਂ ਵਿਦ ਇਨ ਸਟਿਪੂਲੇਟਿਡ ਟਾਈਮ ਪੀਰੀਅਡ ਅਸੀਂ ਪੂਰਾ ਮੁਕੰਮਲ ਕਰ ਦਿੰਦੇ ਹਾਂ ਜੀ। ਤਾਂ ਜੀ ਬਿਲਕੁਲ, ਜਿਵੇਂ ਤੁਸੀਂ ਦੇਖਿਆ ਕਿ ਬਿਲਕੁਲ ਟਾਈਮ ਦੇ ਅਕੋਰਡਿੰਗ ਜੋ ਆ ਕੰਮ ਜਿਹੜਾ ਇੱਥੇ ਮੁਕੰਮਲ ਕਰ ਦਿੱਤਾ ਜਾਂਦਾ, ਤਾਂ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੋਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਕਾਇਮ ਰਹਿੰਦੀ ਹੈ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਕ, ਜਗਬਾਣੀ ਟੀਵੀ, ਸ਼੍ਰੀ ਅੰਮ੍ਰਿਤਸਰ ਸਾਹਿਬ।